ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਰੋਨਾ ਵਾਰਸਾ ਮਹਾਮਾਰੀ ਪੂਰੀ ਦੁਨੀਆ ਦੇ ਵਿੱਚ ਆਪਣੇ ਪੈਰ ਪਸਾਰ ਚੁੱਕਾ ਹੈ ਅਤੇ ਕੈਨੇਡਾ ਵਿੱਚ ਵੀ ਇਸ ਦਾ ਖਾਸ ਅਸਰ ਦੇਖਣ ਨੂੰ ਮਿਲ ਰਿਹਾ ਹੈ। باوجود ਇਸ ਦੇ ਕੈਨੇਡਾ ਸਰਕਾਰ ਦੇ ਵੱਲੋਂ ਰੱਜ ਕੇ ਪ੍ਰਵਾਸੀਆਂ ਦੀ ਮਦਦ ਕੀਤੀ ਜਾ ਰਹੀ ਹੈ। ਭਾਵ 2020 ਦੇ ਕੈਨੇਡਾ ਇਮੀਗ੍ਰੇਸ਼ਨ ਦੇ ਪਲਾਨ ਦੇ ਮੁਤਾਬਕ ਕੈਨੇਡਾ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਲ 2021 ਵਿੱਚ 4 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਕੈਨੇਡਾ ਪੱਕਾ ਕਰੇਗਾ। ਅਤੇ ਕੈਨੇਡਾ ਆਪਣੇ ਸਟ੍ਰੀਚੇ ਨੂੰ ਪੂਰੇ ਕਰਨ ਦੇ ਵੱਲ ਜੋਰ-ਸ਼ੋਰ ਨਾਲ ਵਧ ਰਿਹਾ ਹੈ ਅਤੇ ਇਸ ਮਹੀਨੇ ਭਾਵ ਅਪ੍ਰੈਲ ਦੇ ਮਹੀਨੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਈ ਇਤਿਹਾਸਿਕ ਐਲਾਨ ਕੀਤੇ ਗਏ ਹਨ ਭਾਵੇਂ ਉਹ 90 ਹਜ਼ਾਰ ਪ੍ਰਵਾਸੀਆਂ ਨੂੰ ਪੱਕੇ ਕਰਨਾ ਹੋਵੇ ਅਤੇ ਭਾਵੇਂ ਉਹ ਨਵੇਂ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਾ ਹੋਵੇ ਅਤੇ ਭਾਵੇਂ ਉਹ ਸਭ ਤੋਂ ਘੱਟ CRS ਸਕੋਰ ਦੇ ਨਾਲ ਐਕਸਪ੍ਰੈਸ ੈਂਟਰੀ ਡਰਾ ਜਾਰੀ ਕਰਨਾ ਹੋਵੇ ਕੁੱਲ ਮਿਲਾ ਕੇ April ਦੇ ਇਸ ਮਹੀਨੇ ਦੌਰਾਨ ਕਈ ਮਹੱਤਵਪੂਰਨ ਅਤੇ ਲੋੜਿੰਦੇ ਫੈਸਲੇ ਕੈਨਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਲਏ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਕੈਨੇਡਾ ਦੀ PR ਵੀ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਵਿੱਚ ਕੈਨੇਡਾ ਦਾ ਹਰ ਪ੍ਰੋਵਿੰਸ ਯਾਨੀ ਕਿ ਹਰ ਸੂਬਾ ਪੂਰਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਸੰਬੰਧਿਤ ਦੋ ਅਪਰੇਟਸ ਕੈਨੇਡਾ ਦੇ ਦੋ ਹੋਰ ਸੂਬਿਆਂ ਤੋਂ ਸਾਹਮਣੇ ਆਈਆਂ ਹਨ ਅਤੇ ਕੈਨੇਡਾ ਦੇ ਜਿਨ੍ਹਾਂ ਸੂਬਿਆਂ ਤੋਂ ਇਹ ਅਪਡੇਟ ਸਾਹਮਣੇ ਆਈਆਂ ਹਨ ਉਹ ਸੂਬੇ ਦਾ ਨਾਮ ਹੈ ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਆਓ ਸ਼ੁਰੂਆਤ ਕਰਦੇ ਹਾਂ ਮੈਨੀਟੋਬਾ ਤੋਂ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵੱਲੋਂ 113ਵਾਂ ਪੀਐਨਪੀ ਡਰਾ ਕੱਢਿਆ ਗਿਆ ਹੈ ਤੇ ਮੈਨੀਟੋਬਾ ਵੱਲੋਂ ਕੱਢਿਆ ਗਿਆ ਇਹ ਪੀਐਨਪੀ ਡਰਾ ਅਪ੍ਰੈਲ ਮਹੀਨੇ ਦਾ ਦੂਸਰਾ ਪੀਆਰਪੀ ਡਰਾ ਹੈ ਅਤੇ ਮੈਨੀਟੋਬਾ ਵੱਲੋਂ ਕੱਢੇ ਗਏ ਇਸ ਨਵੇਂ ਪੀਐਨਪੀ ਡਰਾ ਦੇ ਵਿੱਚ ਜੋ ਲੈਟਰ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ ਨੇ ਭਾਵ ਈਓਆਈ ਜਾਰੀ ਕੀਤੇ ਗਏ ਨੇ ਉਹ ਦੋ ਕੈਟਾਗਰੀਜ਼ ਦੇ ਵਿੱਚ ਜਾਰੀ ਕੀਤੇ ਗਏ ਨੇ ਕੈਨੇਡਾ ਦੇ ਸੂਬੇ 99 یعنی کہ 399 ਲੈਡਰ ਆਫ ایڈوائس ਟੂ ਅਪਲਾਈ ਜਾਰੀ ਕੀਤੇ ਗਏ ਨੇ ਜਿਸ ਦੇ ਬਾਰੇ ਜਾਣਕਾਰੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ پا ਰਹੇ ਹੋ ਇਥੇ ਤੁਹਾਨੂੰ ਦੱਸ ਦੀ ਕਿ ਕੈਨੇਡਾ ਦੇ ਸੂਬੇ ਮੈਨੀਟੋਬਾ ਵੱਲੋਂ ਕੱਢੇ ਗਏ ਇਸ ਡਰਾ ਦੇ ਨਾਲ ਹੀ April 2021 ਦੇ ਵਿੱਚ ਸੂਬੇ ਵੱਲੋਂ ਜਾਰੀ ਕੀਤੇ ਗਏ ਇਨਵੀਟੇਸ਼ਨ ਦੀ ਗਿਣਤੀ 642 ਹੋ ਗਈ ਹੈ ਮਤਲਬ April 2021 ਦੇ ਲਈ ਹੁਣ ਤੱਕ ਮੈਨੀਟੋਬਾ ਵੱਲੋਂ 642 ਉਮੀਦਵਾਰਾਂ ਨੂੰ ਸੱਦੇ ਭੇਜੇ ਗਏ ਨੇ ਆਓ ਹੁਣ ਵੱਧਦੇ ਹਾਂ ਦੂਸਰੀ ਅਪਡੇਟ ਦੇ ਵੱਲ ਸਾਲ 2021 ਦੇ ਅਪ੍ਰੈਲ ਮਹੀਨੇ ਦੌਰਾਨ ਇੱਕ ਵਾਰ ਫਿਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਪੀਐਨਪੀ ਡਰਾਅ ਕੱਢਿਆ ਗਿਆ ਹੈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਕੱਢਿਆ ਗਿਆ ਇਹ ਪੀਐਨਪੀ ਡਰਾਅ ਟੈਕ ਪਾਇਲਟ ਡਰਾ ਹੈ 20 ਅਪ੍ਰੈਲ 2021 ਨੂੰ ਕੱਢੇ ਗਏ ਇਸ ਟੈਕ ਪਾਇਲਟ ਡਰਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮਿਨੇਸ਼ਨ ਪ੍ਰੋਗਰਾਮ ਯਾਨੀ ਕਿ BC PNP ਦੀਆਂ ਸਕਿਲਸ ਇਮੀਗ੍ਰੇਸ਼ਨ ਅਤੇ ਐਕਸਪ੍ਰੈਸ ਐਂਟਰੀ BC ਸਟ੍ਰੀਮਜ਼ ਅਧੀਨ ਹੈ ਉਮੀਦਵਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਅਤੇ ਇਹ ਇਨਵੀਟੇਸ਼ਨ ਸਕਿਲਸ ਇਮੀਗ੍ਰੇਸ਼ਨ ਅਤੇ ਐਕਸਪ੍ਰੈਸ ਐਂਟਰੀ BC ਸਟਰੀਮਸ ਦੀਆਂ ਸਬ ਕੈਟਾਗਰੀਜ਼ ਸਕਿਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟਸ ਅਤੇ ਨਾਲ ਹੀ ਐਂਟਰੀ ਲੈਵਲ ਐਂਡ ਸੈਮੀ ਸਕਿਲਡ ਵਿੱਚ ਜਾਰੀ ਕੀਤੇ ਗਏ ਨੇ ਅਤੇ ਇਸ ਡਰਾਅ ਵਿੱਚ ਕੁੱਲ 90 ਇਨਵੀਟੇਸ਼ਨ ਜਾਰੀ ਕੀਤੇ ਗਏ ਨੇ ਅਤੇ ਇਸ ਡਰਾਅ ਵਿੱਚ ਮਿਨੀਮਮ ਜੋ CRS ਸਕੋਰ ਹੈ ਉਹ ਰਿਹਾ 80 ਇਥੇ ਤੁਹਾਨੂੰ ਇੱਕ ਵਾਰ ਫਿਰ ਦੱਸਦੀ ਕਿ ਕੈਨੇਡਾ ਦੇ ਸੁੱਬੇ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਹੁਣ 20 ਅਪ੍ਰੈਲ ਨੂੰ ਕੱਢੇ ਗਏ ਨਵੇਂ ਟੈਕ ਪਾਇਲਟ ਡਰਾ ਦੇ ਵਿੱਚ 90 ਇਨਵੀਟੇਸ਼ਨ ਜਾਰੀ ਕੀਤੇ ਗਏ ਹਨ ਇਹ ਸਨ ਦੋ ਅਪਡੇਟ ਜੋ ਬਿਊਰ ਰਿਪੋਰਟ ਤੋਂ ਹੋਰ ਪੰਜਾਬੀ